ਮਖਸੂਸ ਹੈ ਮੇਰੀ ਮਖਦੂਮਾ ਸੈਣ ਦੇ ਨਾਲ ਜਮਾਤ ਉਲ ਅਵਲ ਔਰ ਜਮਾਤ ਉਸਾਨੀ ਪਾਕਿਸਤਾਨ ਦੇ ਵਿੱਚ ਤਾਂ ਗਾਲਬਨ ਨਹੀਂ ਲੇਕਿਨ ਇਰਾਕ ਔਰ ਈਰਾਨ ਦੇ ਵਿੱਚ ਇਹ ਦੋ ਮਹੀਨੇ ਇੰਤਹਾਈ ਅਕੀਦਤ ਦੇ ਨਾਲ ਦੁੱਖ ਦੇ ਨਾਲ ਮਨਾਏ ਵੇਂਦੇ ਹੱਕ ਮੰਗਣ ਗਿਦੇ ਦਰਬਾਰ ਦੇ ਵਿੱਚ ਆਈ ਉਮਲ ਮਸਾਇਬ ਦਿਮਾਏ ਲਿਖਾ ਪਿਓ ਦੇ ਮਿੰਬਰ ਤੇ ਹਾਏ ਬਿਸਮਿਲਲਾ ਕਰਾਂ ਹੱਕ ਮੰਗਣ ਹੱਕ ਮੰਗਣ ਕਿਤੇ ਦਰਬਾਰ ਦੇ ਵਿੱਚ ਬਾਨੀਏ ਮਜਲਸ ਮੇਰੇ ਵਾਜਬ ਇਤਰਾਮ ਮੇਰਾ ਭਾਈ ਹੈ ਮਾਲਿਕ ਇਸ ਤੋਂ ਜ਼ਿਆਦਾ ਤਰੱਕੀਆਂ ਅਤਾ ਫਰਮਾਵੇ ਔਰ ਮਾਲਿਕ ਕਬੂਲ ਫਰਮਾਵੇ ਆਈ ਮਲ ਮਸਾਏ ਦਿਮਾਏ ਹਾਏ ਗੈਰਾ ਕੋ ਗਿਆ ਦਰਦ ਜਿਗਰ ਕੋ ਖਾਏ ਮੰਗਾ ਪਿਓ ਦਾ ਵਿਰਸਾ ਆਇਆ ਜ਼ਾਲਮਾ ਤੋ ਗੈ ਹੱਥ ਵੀ ਜਿਗਰ ਤੇ ਆਏ ਮਿਲਾਇਓ ਜਿਆ ਹਸਲੈਨ ਦਿਮਾਗ ਜ਼ਿੰਦਗੀ ਹੋਵੇ ਉੱਥਾ ਖੜੀਏ ਜਿਹੜੇ ਮਿੰਬਰ ਤੇ ਆਇਆ ਬਾਬਾ ਉੱਠ ਕੇ ਤਜ਼ੀਮ ਕਰੇ ਡਿੱਠਾ ਉਸੇ ਮਿੰਬਰ ਦੇ ਡਿੱਠਾ ਪਿਓ ਦੇ ਮਿੰਬਰ ਤੇ ਹਾਏ ਗੈਰਾਂ ਕੋ ਗਿਆ ਦਰਦ ਜਿਗਰ ਕੋ ਖਾਏ ਮੰਗਾ ਪਿਓ ਦਾ ਵਿਰਸਾ ਹਾਏ ਕਰਾਂ ਮਿਲਾ ਇਹੋ ਜਿਹਾ ਹਸਲੈਲ ਦਿਮਾਗ ਤੋਂ ਰਹੀ ਲੱਭਦੀ ਗਰਦਾ ਬੀਬੀਆਂ ਦੀਏ ਫਿਜ਼ਾ ਬੈਣ ਸਾਰਾ ਦੇ ਮੈਂ ਕੋ ਨਜ਼ਰ ਕੁਝ ਨਹੀਂ ਆਂਦਾ ਉਹ ਮੇਰੀ ਕਮਰ ਟੁੱਟ ਗਈ ਜ਼ਿੰਦਗੀ ਹੋਏ ਵੀ ਕੀ ਬਾਤ ਮੌਲਾ ਕਬੂਲ ਫਰਮਾਵੇ ਨੌਕਰ ਬਾਬਾ ਮਿਲਾ ਇਹੋ ਜਿਹਾ ਹੱਕ ਹਸਲੈਲ ਦਿਮਾਗ ਤੋਂ ਰਹੀ ਲੱਭਦੀ ਫਰਮਾਵੇ ਉਸ ਦਰਵਾਜ਼ੇ ਤੇ ਮੁਸਲਮਾਨ ਬਹਾ ਕੇ ਲਾਏ ਜਿੱਥਾ ਨਬੀ ਆ ਕੇ ਇਜਾਜ਼ਤ ਮੰਗਦਾ ਆਏ ਤੇ ਤਤਹੀਰ ਪੜਿਆ ਮੈਂ ਇੱਕ ਆਲਮ ਦੇ ਕੋਲ ਸੁਣੇ ਬਿਸਮਿਲਲਾ ਕਰਾਂ ਹਰ ਨਿਬਾਸ ਤੋਂ ਬਾਅਦ ਸਿਆਹ ਆਲਮ ਨਹੀਂ ਸੁੰਨੀ ਆਲਮ ਹੈ ਤਾਰਕ ਜਮੀਲ ਸਾਹਿਬ ਆਲਮ ਸਾਹਿਬ ਉਹਨਾਂ ਨੇ ਤਕਰੀਰ ਦੇ ਵਿੱਚ ਦੱਸਿਆ ਹੈ ਇੱਕ ਨਮਾਜ਼ ਨਹੀਂ ਯਾਨੀ ਹੀ ਇੱਕ ਵਾਰ ਨਹੀਂ ਹਰ ਨਮਾਜ਼ ਪੜ੍ਹ ਕੇ ਨਬੀ ਦੀ ਦੇ ਦਰਵਾਜ਼ੇ ਤੇ ਐ ਤੇ ਤਤਹੀਰ ਦੀ ਤਿਲਾਵਤ ਕਰਿਆ ਕੀ ਬਾਤ ਲੋਕਾਂ ਨੂੰ ਦੱਸੇ ਹਾ ਬਿਸਮਿਲਲਾ ਹੀ ਦਰਵਾਜ਼ੇ ਦੀ ਅਸਮਤ ਦੱਸਿਆ ਉਸੇ ਦਰਵਾਜ਼ੇ ਤੇ ਮੁਸਲਮਾਨ ਭਾਗੇ ਨਾ ਬੀਬੀਆਂ ਦੀ ਸ਼ਰਮ ਕਰੋ ਇਹ ਉਹ ਦਰਵਾਜ਼ਾ ਹੈ ਜਿੱਥਾ ਮੇਰਾ ਬਾਬਾ ਆ ਕੇ ਰੁਕਦਾ ਦਰਵਾਜ਼ੇ ਦੇ ਅੰਦਰ ਬਾਜਾ ਨਬੀ ਦੀ ਧੀ ਲਫ ਸਮਝਣੇ ਦਰਵਾਜ਼ੇ ਦੇ ਬਾਹਰ ਜ਼ਾਲਮ ਦਰਵਾਜ਼ੇ ਨੂੰ ਬਹਾ ਲੱਗੀ ਦਰਵਾਜ਼ਾ ਜਿਹੜੇ ਵੇਲੇ ਡੱਠਾ ਹੈ ਮੇਰੀ ਸੈਣ ਤੇ ਮੰਦਰ ਕਿਹੜਾ ਆਇਆ ਡੱਠਾ ਬਲਦਾਤਾ
ਨੱਠਾ ਬਲਦਾਤਾ ਬਾਬਾ ਬਚਾਵੇ ਮਾਲਾ ਕਬੂਲ ਫਰਮਾਵੇ।